ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢਾਡੀ ਅਵਤਾਰ ਸਿੰਘ ਜੰਦ ਢਾਡੀ ਜਥਾ ਉਹਨਾਂ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਹੈ ਕਿ ਆਪਾਂ ਅਮਰ ਛਕੇ ਤਿਆਰ ਪਰ ਤਿਆਰ ਹੋਈਏ ਤਾਂ ਕਿ ਦੂਰੋਂ ਪਤਾ ਲੱਗੇ ਆਹ ਕੋਈ ਸਰਦਾਰ ਖੜਾ ਹੈ ਆਪਾਂ ਕਰਗੀ ਧਰਦੀ ਪਰਚੀ ਸਰਦਾਰੀ ਨੂੰ ਸਾਂਭ ਕੇ ਰੱਖੀਏ ਗੁਰੂ ਕੀਆਂ ਖੁਸ਼ੀਆਂ ਹਾਸਲ ਕਰੀਏ ਖੈਰ ਕਹਿੰਦਾ ਹੈ ਸਾਂਭ ਸਾਂਭ ਰੱਖਿਆ ਹੈ ਜਿਹਨਾਂ ਸਰਦਾਰੀਆਂ ਨੂੰ ਖੋਪਰ ਲੁਆ ਲੈ ਪਰ ਕੇਸ ਨਾ ਕਟਾਏ ਸੀ ਨੀਹਾਂ ਵਿੱਚ ਖੜੇ ਗੁਰੂ ਦਸਵੇਂ ਦੇ ਸਹਿਬਜ਼ਾਦੇ ਸਿੱਖੀ ਦੇ ਅਰਥ ਜਿਹਨਾਂ ਸਾਨੂੰ ਸਮਝਾਏ ਸੀ ਮਾਰ ਦੀਏ ਤਾਨੇ ਚੰਨਾ ਦੂਰ ਚਮਕੌਰ ਦੀਏ ਜਿੱਥੇ ਗੁਰੂ ਦਸਵੇਂ ਨੇ ਲਾਟ ਦੇ ਕਟਾਏ ਸੀ ਮੇਰੇ ਨੌਜਵਾਨੋ ਭੈਣੋ ਤੇ ਭਰਾਵੋ ਆਓ ਅਸੀਂ ਫੈਸ਼ਨ ਪ੍ਰਸਤਨਾ ਹੋਈਏ ਤਾਂ ਕਿ ਲੋਕ ਸਾਡੇ ਵੱਲ ਉਂਗਲਾਂ ਨਾ ਕਰਨ ਇਹ ਨਾ ਕਹਿਣ ਆਹ ਖੜੇ ਨੇ ਸਰਦਾਰਾਂ ਦੇ ਬੱਚੇ ਅਸੀਂ ਆਪਣੇ ਵਿਰਸੇ ਤੇ ਸਰਦਾਰੀ ਨੂੰ ਸਾਂਭੀਏ ਸਾਹਿਬਜ਼ਾਦੇ ਛੋਟੇ ਸੱਤ ਤੇ ਨੌ ਸਾਲ ਦੀਆਂ ਜਿੱਦਾਂ ਨਿਯਮ ਵਿੱਚ ਖੜੇ ਸਾਨੂੰ ਕੁਝ ਇਉਂ ਕਹਿੰਦੇ ਜਾ ਰਹੇ ਨੇ ਕਿਧਰੇ ਭੁੱਲਿਆ ਫਿਰਦਾ ਨੌਜਵਾਨਾਂ ਮੇਰੇ ਦੇਸ਼ ਦਿਆ ਝੂਠੇ ਫੈਸ਼ਨ ਪਿੱਛੇ ਕੈਸੀ ਸ਼ਕਲ ਬਣਾਈ ਤੇਰੀ ਖਾਤਰ ਸਾਡੇ ਪਿਤਾ ਨੇ ਸਾਨੂੰ ਵਾਰਿਆ ਤੂੰ ਕੁਰਬਾਨੀ ਦਾ ਮੁੱਲ ਰਤਾ ਨਾ ਪਾਇਆ ਕਾਏ ਇਹ ਸਰਦਾਰੀ ਦਾ ਮੁੱਲ ਬੜਾ ਤਾਰ ਨਾ ਪੈਂਦਾ ਏ ਠੰਡੇ ਬੁਰਜ ਚ ਬੈਠੀ ਦੱਸਦੀ ਬੁੱਢੜੀ ਮਾਈ ਐਸਾ ਮੌਕਾ ਚੰਨਾ ਫਿਰ ਕਦੇ ਤੈਨੂੰ ਮਿਲਣਾ ਨੇ ਉਹ ਭਾਵੇਂ ਲੱਖਾਂ ਚੁਣਨਾ ਭੋਗ ਭੋਗ ਕੇ ਆਈ ਨੀਹਾਂ ਵਿੱਚ ਖੜੇ ਨੰਨੇ ਮੁੰਨੇ ਸਰਦਾਰ ਤੁਹਾਡੀ ਅਣਖਣਾਂ ਨੂੰ ਵਿਗਾੜਦੇ ਜਾ ਰਹੇ ਹਨ ਇਹ ਸੱਚ ਨੂੰ ਢਾਡੀ ਅਵਤਾਰ ਸਿੰਘ ਚੰਨ ਪਿੰਡ ਛਟਿਆਲੇ ਦਾ ਹੈਦਾ ਢਾਡੀ ਜਥਾ ਮੇਰੀ ਬੁਲੰਦ ਆਵਾਜ਼ ਮੇਰੇ ਛੋਟੇ ਵੀਰ ਮਲਕੀਤ ਸਿੰਘ ਮੀਤ ਸਰਜੀਤ ਸਿੰਘ ਸਿੱਧੂ ਅਤੇ ਜਾਦਵਿੰਦਰ ਸਿੰਘ ਟੋਨੀ ਇੰਜ ਬਿਆਨ ਕਰਦੇ ਹਨ।